ਸਕਦਾ। ਜਿਵੇਂ ਇਸ ਜਵਾਨ ਨੂੰ ਦੰਦਾਂ ਵਿੱਚ ਸਲਾਮਤ ਰੱਖਦਾ, ਤੈਨੂੰ ਦੁਸ਼ਮਣਾਂ ਦੇ ਵਿੱਚ ਸਲਾਮਤ ਰੱਖਦਾ, ਤੈਨੂੰ ਦੁੱਖ ਕੋਈ ਦੇ ਹੀ ਨਹੀਂ ਸਕਦਾ। ਮਹਾਰਾਜ, ਜੇ ਦੁੱਖ ਕੋਈ ਦੇ ਨਹੀਂ ਸਕਦਾ ਫਿਰ ਦੁੱਖ ਆਉਂਦਾ ਕਿਉਂ ਆ? ਸਾਡਾ ਸਵਾਲ ਹੈ ਨਾ ਵੀ ਕੋਈ ਮਨ ਕਰਕੇ ਦੁਖੀ ਹੈ, ਕੋਈ ਤਨ ਕਰਕੇ ਦੁਖੀ ਹੈ, ਕੋਈ ਪਰਿਵਾਰ ਕਰਕੇ ਦੁਖੀ ਹੈ, ਕੋਈ ਬੱਚਿਆਂ ਕਰਕੇ ਦੁਖੀ ਹੈ, ਕੋਈ ਨਾ ਕੋਈ ਦੁੱਖ ਤਾਂ ਸਾਨੂੰ ਲੱਗਾ। ਮਹਾਰਾਜ, ਜੇ ਕੋਈ ਦੁੱਖ ਦੇ ਨਹੀਂ ਸਕਦਾ ਫਿਰ ਦੁੱਖ ਆਇਆ ਕਿਉਂ, ਦੁੱਖ ਮਿਲਿਆ ਕਿਉਂ ਹੈ? ਅਤੇ ਸਤਿਗੁਰੂ ਕਹਿਣ ਲੱਗੇ, ਦੱਦਾ ਦੋਸ ਨਾ ਦਿਉਂ ਕਿਸੇ ਦੋਸ ਕਰਮਾਂ ਆਪਣੇ। ਜਿਹੜਾ ਤੇਰੇ 'ਤੇ ਕੋਈ ਦੁੱਖ ਆ ਗਿਆ ਨਾ, ਉਹ ਤੇਰੇ ਕਰਮਾਂ ਦਾ ਆਇਆ। ਤੂੰ ਆਪਣਾ ਕਰਮ ਆਪਣੇ ਹੱਥਾਂ ਨਾਲ ਕੀਤਾ। ਕਲਯੁੱਗ ਨੇ ਆਖਿਆ ਸੀ ਨਾ, ਮੈਂ ਦੂਜੇ ਯੁੱਗਾਂ ਦੇ ਵਾਂਗ ਇਹ ਨਹੀਂ ਕਰਾਂਗਾ ਵੀ ਇੱਕ ਕਰਮ ਦਾ ਫਲ ਮੈਂ 21 ਵਾਰ ਦੇਵਾਂ, ਜਾਂ ਕਰਮ ਕੋਈ ਕਰੇ ਤਾਂ ਫਲ ਮੈਂ ਸਾਰਿਆਂ ਨੂੰ ਦੇਵਾਂ। ਨਹੀਂ, ਮੇਰੇ ਯੁੱਗ ਦੇ ਵਿੱਚ ਇੱਕ ਕਰਮ ਦਾ ਫਲ ਇੱਕ ਵਾਰੀ ਮਿਲੇਗਾ, ਔਰ ਮਿਲੇਗਾ ਉਹਨੂੰ ਜਿਹੜਾ ਕਰੇਗਾ, ਦੂਜੇ ਨੂੰ ਨਹੀਂ ਦੇਵਾਂਗਾ। ਜੇ ਤੇਰੇ 'ਤੇ ਅੱਜ ਕੋਈ ਦੁੱਖ ਆ ਰਿਹਾ ਨਾ ਕਿਸੇ ਤਰ੍ਹਾਂ ਦਾ, ਅਤੇ ਤੂੰ ਦੂਜਿਆਂ ਦੇ ਉੱਪਰ ਚਿੱਕੜ ਸੁੱਟਣਾ ਬੰਦ ਕਰ ਦੇ ਵੀ ਫਲਾਣੇ ਨੇ ਦਿੱਤਾ, ਕਿਸੇ ਨਹੀਂ ਦਿੱਤਾ, ਤੇਰੇ ਕਰਮਾਂ ਨੇ ਤੈਨੂੰ ਦੁੱਖ ਦਿੱਤਾ। ਕਰਮ ਵੀ ਉਹ ਜਿਹੜੇ ਤੂੰ ਆਪ ਕੀਤੇ, ਜਿਹੜੀਆਂ ਤੂੰ ਆਪਣੇ ਹੱਥਾਂ ਨਾਲ ਗੰਢਾਂ ਵੱਧੀਆਂ ਨਾ, ਉਹਨਾਂ ਗੰਢਾਂ ਦਾ ਦੁੱਖ ਤੈਨੂੰ ਮਿਲਿਆ। ਤੈਨੂੰ ਦੁੱਖ ਕੋਈ ਦੇਣ ਵਾਲਾ ਹੈ ਨਹੀਂ, ਦੂਜਾ ਦੇ ਨਹੀਂ ਸਕਦਾ। ਜੇ ਕੋਈ ਦੂਜਾ ਹੀ ਦੁੱਖ ਦੇ ਗਿਆ ਫਿਰ ਪਰਮਾਤਮਾ ਕਾਹਦੇ ਲਈ ਬੈਠਾ? ਫਿਰ ਤਾਂ ਉਹ ਹੋਇਆ ਹੀ ਨਾ ਨਾ, ਜੇ ਉਹਦੇ ਹੁੰਦਿਆਂ ਕੋਈ ਦੂਜਾ ਬੰਦਾ ਦੁੱਖ ਦੇ ਜਾਵੇ। ਨਹੀਂ, ਮਹਾਰਾਜ ਕਹਿਣ ਲੱਗੇ, ਦੱਦਾ ਦੋਸ ਨਾ ਦਿਉਂ ਕਿਸੇ ਦੋਸ ਕਰਮਾਂ ਆਪਣਿਆ, ਜੋ ਮੈਂ ਕੀਤਾ ਨਾ ਆਪਣੇ ਹੱਥਾਂ ਨਾਲ, ਕੰਡਾ ਬੀਜਿਆ ਹੈ ਅਤੇ ਭਾਵੇਂ ਮੈਂ ਫਲ ਬੀਜਿਆ ਹੈ, ਜੋ ਮੈਂ ਕੀਤਾ ਸੋ ਮੈਂ ਪਾਇਆ, ਉਹਦਾ ਫਲ ਮੈਨੂੰ ਮਿਲੇਗਾ, ਅੱਜ ਨਹੀਂ ਤਾਂ ਕੱਲ੍ਹ ਮਿਲੇਗਾ। ਦੋਸ ਨਾ ਦੀਜਿਆ ਕਿਸੇ ਦੂਜੇ ਨੂੰ, ਕਾਹਦਾ ਦੋਸ ਦੇਣਾ ਹੈ? ਇੱਥੇ ਮਹਾਰਾਜ ਕਹਿਣ ਲੱਗੇ, ਦੋਸ ਨਾ ਦੀਜਿਆ ਕਾਹੂੰ ਲੋਕ, ਇਹ ਦੁਨੀਆਂ ਦੇ ਲੋਕੋ, ਆਪਣੇ ਦੁੱਖ ਦਾ ਭਾਂਡਾ ਕਿਸੇ ਦੂਜੇ ਦੇ ਸਿਰ 'ਤੇ ਨਾ ਭੰਨੋ ਵੀ ਫਲਾਣੇ ਨੇ ਦੁੱਖ ਦਿੱਤਾ ਅਤੇ ਤਾਂ ਆਇਆ। ਨਹੀਂ, ਕਿਸੇ ਦਾ ਦਿੱਤਾ ਹੋਇਆ ਲਾਇਆ ਹੋਇਆ।